ਨਮਸਕਾਰ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ ਸੋ PBN ਦੇ ਇੰਟਰਟੇਨਮੈਂਟ ਦੇ ਕੈਨ ਸ਼ੋ ਵਿਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਉਹ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਹਾਈਲਾਈਟਸ। ਦੋਸਤੋ, ਸਮਾਰਟ ਸਿਟੀ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ UC ਮਾਸ ਵਾਕਰ ਸੈਂਟਰ ਵਿੱਚ ਸਮਰ ਕੈਂਪ ਕਰਵਾਇਆ ਗਿਆ। ਆਓ ਵੇਖਦੇ ਹਾਂ ਇੱਕ ਰਿਪੋਰਟ। ਛੋਟੇ ਛੋਟੇ ਬੱਚਿਆਂ ਨੇ ਸਮਰ ਕੈਂਪ ਕਿੰਨਾ ਇੰਜੋਏ ਕੀਤਾ। ਸੋ ਵੇਲਾ ਚੱਲਿਆ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ। ਇਸ ਮੌਕੇ 'ਤੇ ਅਸੀਂ ਖਾਸ ਗੱਲਬਾਤ ਕੀਤੀ ਬੱਚਿਆਂ ਦੇ ਪੇਰੈਂਟਸ ਨਾਲ, ਨਾਲ ਹੀ ਨਾਲ UC ਮਾਸ ਬਾਕਸ ਬ੍ਰਾਂਚ ਸੈਂਟਰ ਦੇ ਰੀਤ SK ਕੌਰ ਨਾਲ। ਆਓ ਵੇਖਦੇ ਨਾ ਸਾਰਿਆਂ ਦਾ ਕੀ ਕਹਿਣਾ ਸੀ ਅੱਜ ਦੇ ਸਮਰ ਕੈਂਪ ਬਾਰੇ। ਮੈਨੂੰ ਬਹੁਤ ਵਧੀਆ ਲੱਗਿਆ। ਮੇਰਾ ਬੇਟੇ ਨੇ ਕੋਰਸ ਕੀਤਾ ਹੈਗਾ ਇਹ ਬੇਸਿਕ ਕੋਰਸ, ਔਰ ਮੇਰੀ ਸਿਸਟਰ ਦੇ ਵੀ ਦੋਨੋਂ ਬੱਚੇ ਸੀਗੇ ਇੱਥੇ। ਸੋ ਇਟਸ ਵੈਰੀ ਗੁੱਡ ਇਨਫੈਕਟ ਅਪਰਚੁਨਿਟੀ ਫੋਰ ਦਾ ਚਾਈਲਡ ਆਲਸੋ, ਐਂਡ ਮੋਰ ਓਵਰ ਬੱਚੇ ਥੋੜ੍ਹੇ ਜਿਹੇ ਬਿਜ਼ੀ ਵੀ ਰਹਿੰਦੇ ਨੇ, ਹੈ ਨਾ। ਸੋ ਇਟਸ ਅ ਵੈਰੀ ਗੁੱਡ ਐਫਰਟ ਐਂਡ ਆਈ ਵਿਲ ਐਪਰੀਸ਼ੀਏਟ ਦਿਸ। ਮੇਰੀ ਬੇਟੀ ਨੇ ਇੱਥੇ ਬੈਕਸ ਲਈ ਸਮਰ ਕੈਂਪ ਜੁਆਇਨ ਕੀਤਾ, ਔਰ ਮੈਨੂੰ ਇੱਥੇ ਉਸਨੂੰ ਇੱਕ ਕੈਂਪ ਜੁਆਇਨ ਕਰਕੇ ਬਹੁਤ ਖੁਸ਼ੀ ਮਿਲੀ ਹੈ। ਔਰ ਇਸ ਤਰ੍ਹਾਂ ਦੇ ਇਵੈਂਟ ਹੁੰਦੇ ਹੋਣੇ ਚਾਹੀਦੇ ਨੇ, ਅਸੀਂ ਆਪਣੇ ਬੱਚਿਆਂ ਨੂੰ ਅੱਗੇ ਵਧਾ ਸਕੀਏ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਸੀਂ ਇੱਥੇ ਸਮਰ ਕੈਂਪ ਔਰਗਨਾਈਜ਼ ਕੀਤਾ ਸੀ 16 June ਤੋਂ ਸਟਾਰਟ ਹੋਇਆ ਸੀ, ਜੋ ਕਿ ਅੱਜ 30 June ਨੂੰ ਇਹਦੀ ਕਲੋਜ਼ਿੰਗ ਸੈਰੇਮਨੀ ਸੀ। ਐਟਲੀਸਟ 35 ਬੱਚਿਆਂ ਨੇ ਪਾਰਟੀਸਪੇਟ ਕੀਤਾ, ਔਰ ਅਬੈਕਸ ਦਾ ਫਸਟ ਲੈਵਲ ਡਨ ਹੋਇਆ, ਔਰ ਕੈਲੀਗ੍ਰਾਫੀ ਵਿੱਚ ਬੱਚਿਆਂ ਨੇ ਹੈਂਡ ਰਾਈਟਿੰਗ ਇੰਪਰੂਵ ਕੀਤੀ ਹੈ। ਬਹੁਤ ਅੱਛਾ ਰਿਸਪੋਂਸ ਮਿਲਿਆ, ਕਿਉਂਕਿ ਇਹ ਮੇਰਾ ਨਵਾਂ ਸੈਂਟਰ ਸੀਗਾ। ਅਰਲੀਅਰ ਮੇਰੇ ਸੈਂਟਰ ਸੀਗੇ SBS ਨਗਰ ਐਂਡ ਰਾਜਗੁਰੂ ਨਗਰ, ਐਂਡ ਟੋਟਲ ਮਿਲਾ ਕੇ ਮੇਰੇ ਕੋਲ 100+ ਬੱਚਾ ਹੋ ਗਿਆ, ਐਂਡ ਆਈ ਐਮ ਵੈਰੀ ਹੈਪੀ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਬਾਬਾ ਜੀ ਦਾ ਵੀ ਸ਼ੁਕਰੀਆ ਕਿ ਮੈਨੂੰ ਇਹ ਓਪਰਚੁਨਿਟੀ ਦਿੱਤੀ ਹੈ ਉਹਨਾਂ ਨੇ, ਔਰ ਇੱਥੇ ਸਭ ਨੇ ਲਾਈਕ ਪੇਰੈਂਟਸ ਆਰ ਵੈਰੀ ਹੈਪੀ ਕਿ ਉਹਨਾਂ ਦੇ ਬੱਚਿਆਂ ਨੇ ਇੰਪਰੂਵਮੈਂਟਸ ਕੀਤੀਆਂ, ਕੈਲਕੂਲੇਸ਼ਨ ਸਿੱਖੀਆਂ ਬੈਕਸ ਦੇ ਵਿੱਚ, ਐਂਡ ਐਗਜ਼ਾਮਸ ਵੀ ਹੋਏ ਆ, ਸਰਟੀਫਿਕੇਟ ਦਿੱਤੇ ਗਏ। ਸੋ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ? ਹਾਂ, ਪੇਰੈਂਟਸ ਨੂੰ ਇਹੀ ਕਹਾਂਗੇ ਕਿ ਇੰਜੋਏ ਯੋਰ ਹੋਲੀਡੇਜ਼ ਨਾਓ, ਲਾਈਕ 1 week ਇਜ਼ ਲੈਫਟ। ਵੈਸੇ ਹੋਲੀਡੇਜ਼ ਓਵਰ ਹੈ, ਮੇਰਾ ਵੀ ਪੂਰਾ ਜਿਹੜਾ ਜੂਨ ਦਾ ਮੰਥ ਸੀਗਾ ਬਿਜ਼ੀ ਰਿਹਾ, ਹੁਣ 1 week ਮੈਂ ਵੀ ਰੈਸਟ ਕਰਾਂਗੀ। ਥੈਂਕ ਯੂ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ। ਹੁਣ ਆਪਣੇ ਸ਼ਹਿਰ ਦੀ ਸਫਾਈ ਰੱਖੋ, ਮਾਤਾ ਪਿਤਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਦੇ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗਾ ਇੰਡੀਆ ਤੋਂ ਅੱਗੇ ਬੜੇਗਾ ਇੰਡੀਆ। ਸੋ ਕੈਮਰਾ ਪਰਸਨ ਵੀ ਮਨਜੀਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਧੰਨਵਾਦ।